ਸਕ ਰਹੇ। ਉਹਨਾਂ ਦੀ ਕਾਫੀ ਡਿਮਾਂਡ ਸੀਗੀ ਵੀ ਅਸੀਂ ਬਾਰ ਬਾਰ ਜਾਂ ਦੇਖਣਾ ਚਾਹੁੰਦੇ ਹਾਂ ਜਾਂ ਕਿਸੇ ਵੀ ਲੋਟ, ਕਿਉਂਕਿ ਫੇਸਬੁੱਕ ਦੇ ਉੱਤੇ ਐਡੀ ਲੰਮੀ ਵੀਡੀਓ ਨਹੀਂ ਬਣ ਸਕਦੀ। ਸੋ ਇਸ ਕਰਕੇ ਅਸੀਂ ਉਹਦੇ 'ਤੇ ਆਏ ਹਾਂ ਯੂਟਿਊਬ ਦੇ ਉੱਤੇ। ਯੂਟਿਊਬ ਦੇ ਉੱਤੇ ਜਿਹੜਾ ਵੀ ਲਿੰਕ ਉਹ ਮੈਂ ਦਿੱਤਾ ਹੋਇਆ ਬਲੂ ਕਲਰ ਦਾ, ਉਹਦੇ 'ਚ ਆਇਆ ਹੋਊਗਾ, ਉਹਨੂੰ ਕਲਿੱਕ ਕਰੋਗੇ ਤਾਂ ਯੂਟਿਊਬ ਚੈਨਲ ਖੁੱਲੂਗਾ, ਉਹਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਦਬਾ ਲਓ। ਅਤੇ ਜੇ ਬਾਈ ਚਾਂਸ ਤੁਹਾਨੂੰ ਕਿਸੇ ਇੱਦਾਂ ਦੀ ਚੀਜ਼ ਦਾ ਡਾਊਟ ਆ, ਜਿਹੜੀ ਵੀ ਚੀਜ਼ ਤੁਸੀਂ ਨਹੀਂ ਕਰ ਸਕਦੇ, ਮਤਲਬ ਜਿਹੜੀ ਤੁਸੀਂ ਚੀਜ਼ ਨਹੀਂ ਕਰ ਸਕਦੇ, ਉਹ ਸਾਨੂੰ ਦੱਸੋ, ਅਸੀਂ ਤੁਹਾਨੂੰ ਉਹਦੀ ਪ੍ਰੋਪਰ ਵੀਡੀਓ ਬਣਾ ਕੇ ਤੁਹਾਨੂੰ ਇੱਕ ਉਹਦਾ ਗਾਈਡਲਾਈਨਸ ਵੀ ਤੁਸੀਂ ਕਿੱਦਾਂ ਕਰ ਸਕਦੇ ਹੋ, ਕਿਵੇਂ ਕਰ ਸਕਦੇ ਹੋ, ਸਾਰਾ ਕੁਝ ਦੱਸਿਆ ਜਾਊਗਾ। ਅਤੇ ਇੱਕ ਸਭ ਤੋਂ ਵੱਡਾ ਜਿਹੜਾ ਕੁਐਸਚਨ ਮੈਨੂੰ ਆ ਰਿਹਾ ਸੀਗਾ, ਉਹ ਆ ਰਿਹਾ ਸੀ ਕੈਰੇਟਿਨ ਦੇ ਬਾਰੇ ਦੇ ਵਿੱਚ। ਕੈਰੇਟਿਨ ਦਾ ਮੈਂ ਥੋੜ੍ਹਾ ਜਿਹਾ ਇੱਥੇ ਹੀ ਦੱਸ ਦੇਵਾਂ ਤੁਹਾਨੂੰ ਸਾਰਿਆਂ ਨੂੰ ਕਿ ਕੈਰੇਟਿਨ ਦੀ ਵੀਡੀਓ ਆਪਾਂ ਨਹੀਂ ਬਣਾਵਾਂਗੇ। ਉਹਦਾ ਕਾਰਨ ਆ, ਬੇਸਿਕ ਕਾਰਨ ਉਹਦਾ ਇਹ ਹੈ ਕਿ ਜਿਹੜੀ ਕੈਰੇਟਿਨ ਆ ਉਹ ਜਿਹੜੀ ਇੰਡੀਅਨ ਗੌਰਮੈਂਟ ਆ, ਇੰਡੀਅਨ ਗੌਰਮੈਂਟ ਰਾਹੀਂ ਬੈਨ ਕੀਤੀ ਹੋਈ ਆ। ਅਤੇ ਜਦੋਂ ਇੰਡੀਅਨ ਗੌਰਮੈਂਟ ਕੁਛ ਬੈਨ ਕਰਦੀ ਹੈ, ਇਟ ਮੀਨਸ ਉਹ ਕਾਫੀ ਵੱਡਾ ਇਸ਼ੂ ਆ ਜਿਹਦੇ ਕਰਕੇ ਉਹ ਬੈਨ ਕੀਤੀ ਹੋਈ ਆ। ਉਹਦੇ 'ਚ ਜਿਹੜੇ ਮੋਰੀਕਿਊਲਸ ਨੇ, ਜਦੋਂ ਆਪਾਂ ਕੈਰੇਟਿਨ ਕਰਦੇ ਹਾਂ, ਜਿਹੜੀ ਜਿਹੜਾ ਉਹਦਾ ਉਹਦੀ ਸਨੋਅ, ਉਹਦਾ ਮਤਲਬ ਸਮੋਕ ਹੁੰਦੀ ਆ, ਉਹਦਾ ਜਿਹੜਾ ਧੂੰਆਂ ਉੱਠਦਾ ਵਾ, ਉਹ ਜਿਹੜੇ ਆਪਣੇ ਕੈਂਸਰ ਦੇ ਸੈੱਲ ਨੇ ਉਹਨਾਂ ਨੂੰ ਕਾਫੀ ਜ਼ਿਆਦਾ ਪ੍ਰਭਾਵਿਤ ਕਰਦਾ, ਅਤੇ ਉਹਨਾਂ ਦੀ ਜਿਹੜੀ ਜਿਹੜੀ ਕੁਆਂਟਿਟੀ ਆਪਣੀ ਬੋਡੀ ਦੇ ਵਿੱਚ ਉਹ ਵੱਧਦੀ ਆ। ਇਸ ਕਰਕੇ ਕੈਰੇਟਿਨ ਕਰਨ ਵਾਲੇ ਨੂੰ ਅਤੇ ਕਰਾਉਣ ਵਾਲੇ ਨੂੰ ਦੋਨਾਂ ਨੂੰ ਹੀ ਕੈਂਸਰ ਦੀ ਜਿਹੜੀ ਪ੍ਰੋਬਲਮ ਆ ਹੋ ਸਕਦੀ ਆ। ਸੋ ਬਿਊਟੀ ਉੱਥੇ ਤੱਕ ਹੀ ਚੰਗੀ ਲੱਗਦੀ ਹੈ ਜਿਹੜੀ ਤੁਹਾਡੀ ਬੋਡੀ ਦੇ ਉੱਤੇ ਤੁਹਾਡੇ ਤੁਹਾਨੂੰ ਪ੍ਰੋਬਲਮ ਨਾ ਕ੍ਰੀਏਟ ਕਰੇ। ਸੋ ਮੇਰੀ ਐਡਵਾਈਜ਼ ਆ ਵੀ ਜਿਹੜੀ ਕੈਰੇਟਿਨ ਆ ਇਹਦੇ ਬਾਰੇ ਕੁਐਸਚਨ ਨਾ ਪੁੱਛੋ, ਇਹਦੇ ਬਾਰੇ ਇਹਨੂੰ ਤੁਸੀਂ ਯੂਟਿਊਬ ਦੇ ਉੱਤੇ ਸਰਚ ਵੀ ਕਰ ਸਕਦੇ ਹੋ। ਯੂਟਿਊਬ 'ਤੇ ਬਹੁਤ ਸਾਰੀਆਂ ਮਤਲਬ ਜਿਹੜੇ ਵਿਕੀਪੀਡੀਆ ਵਾ ਜਾਂ ਬਹੁਤ ਸਾਡੀਆਂ ਵੱਡੀਆਂ ਜਿਹੜੀਆਂ ਸਾਈਡਾਂ ਨੇ ਉਹਦੇ 'ਤੇ ਇਹਦੇ ਬਾਰੇ ਲਿਖਿਆ ਹੋਇਆ ਵੀ ਜਿਹੜਾ ਕੈਰੇਟਿਨ ਆ ਉਹ ਨੋਟ ਫੋਰ ਸੇਵ ਆਵਰ ਹੈਲਥ। ਅਤੇ ਤੁਸੀਂ ਇਹਦੇ ਇੱਕ ਵੱਡਾ ਇਸ਼ੂ ਦੇਖੋਗੇ ਵੀ ਕਿਸੇ ਵੀ ਵੱਡੀ ਕੰਪਨੀ ਨੇ, ਭਾਵੇਂ ਸਕੋਚਕਾਫ ਲਾ ਲਓ, ਲੋਰੀਅਲ ਲਾ ਲਓ, ਮੈਟ੍ਰਿਕਸ ਲਾ ਲਓ, ਐਨੀ ਜਿਹੜੀਆਂ ਹੋਰ ਵੀ ਤੁਸੀਂ ਕਿਸੇ ਵਧੀਆ ਕੰਪਨੀ ਨੂੰ ਜਾਣਦੇ, ਉਹ ਕਿਸੇ ਵੀ ਕੰਪਨੀ ਦੀ ਕੈਰੇਟਿਨ ਦੇ ਪ੍ਰੋਡਕਟ ਨਹੀਂ ਆਉਂਦੇ। ਜੇ ਐਡੀਆਂ ਵੱਡੀਆਂ ਕੰਪਨੀਆਂ ਕੈਰੇਟਿਨ ਦੇ ਪ੍ਰੋਡਕਟ ਨਹੀਂ ਕੱਢਦੀਆਂ, ਇਟ ਮੀਨਸ ਇਹੀ ਆ ਵੀ ਉਹਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਹੋਊਗੀ, ਉਹ ਤਾਂਹੀਓ ਨਹੀਂ ਕੱਢਦੀਆਂ, ਜਾਂ ਕੁਛ ਗਾਈਡਲਾਈਨਸ ਇੱਦਾਂ ਦੀ ਹੋਣਗੇ ਜਿਹਦੇ ਕਰਕੇ ਉਹ ਨਹੀਂ ਕੱਢਦੀਆਂ। ਸੋ ਮੈਂ ਸਾਰਿਆਂ ਨੂੰ ਅਵੇਅਰ ਵੀ ਕਰਨਾ ਚਾਹੂੰਗਾ ਵੀ ਤੁਸੀਂ ਕੈਰੇਟਿਨ 'ਤੇ ਥੋੜ੍ਹਾ ਜਿਹਾ ਅਵੋਇਡ ਕਰੋ। ਕੈਰੇਟਿਨ ਵਾਲ ਸਿੱਧੇ ਨਹੀਂ ਕਰਦੀ, ਬਿਲਕੁਲ ਨਹੀਂ ਕਰਦੀ। ਜਿਹੜਾ ਕੈਰੇਟਿਨ ਹੈ ਇੱਕ ਟ੍ਰੀਟਮੈਂਟ ਆ, ਲੋਕ ਝੂਠ ਬੋਲ ਰਹੇ ਨੇ, ਭਾਵੇਂ ਸਾਡੀ ਲਾਈਨ ਦੇ ਨੇ, ਲੋਕ ਝੂਠ ਬੋਲ ਰਹੇ ਨੇ, ਝੂਠ ਬੋਲ ਕੇ ਸਮਾਨ ਵੇਚ ਰਹੇ ਨੇ, ਪੈਸੇ ਕਢਾ ਰਹੇ ਨੇ। ਸੋ ਪਲੀਜ਼ ਇਹਨੂੰ ਅਵੋਇਡ ਕੀਤਾ ਜਾਵੇ। ਕੈਰੇਟਿਨ ਸਿਰਫ ਇੱਕ ਤੁਹਾਡੇ ਵਾਲਾਂ ਦੇ ਵਿੱਚ ਇੱਕ ਔਰਗਨ ਆ ਜਿਹੜਾ ਆਪਾਂ ਧੱਕੇ ਨਾਲ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਜਿਹੜੇ ਆਪਣੇ ਨੇਲਸ ਆ, ਟੀਥ ਆ ਅਤੇ ਵਾਲ ਆ, ਉਹ ਕੈਰੇਟਿਨ ਨਾਲ ਬਣੇ ਹੁੰਦੇ ਆ। ਹਾਂ, ਕੈਰੇਟਿਨ ਦੇ ਨਾਲ ਰਿਲੇਟਡ ਕਈ ਸਪਾ ਆਉਂਦੇ ਨੇ, ਤੁਸੀਂ ਉਹ ਕਰ ਸਕਦੇ ਹੋ। ਪਰ ਜੇ ਤੁਸੀਂ ਕਹੋ ਵੀ ਕੈਰੇਟਿਨ ਦੇ ਨਾਲ ਵਾਲ ਸਿੱਧੇ ਹੋ ਜਾਂਦੇ, ਨਹੀਂ ਇੱਦਾਂ ਦਾ ਕੁਛ ਨਹੀਂ ਹੁੰਦਾ, ਤੁਸੀਂ ਯੂਟਿਊਬ 'ਤੇ ਇਹਦੇ ਬਾਰੇ ਪੜ੍ਹ ਸਕਦੇ ਹੋ। ਕਿਉਂਕਿ ਹੋ ਸਕਦਾ ਕਿਸੇ ਨੂੰ ਇਹ ਲੱਗਦਾ ਵੀ ਮੈਂ ਝੂਠ ਬੋਲਦਾ, ਲੇਕਿਨ ਯੂਟਿਊਬ ਦੂਜਾ ਜਿਹੜਾ ਵੀ ਨੈੱਟ ਆ, ਵਿਕੀਪੀਡੀਆ ਵਾ, ਉਹ ਤਾਂ ਨਹੀਂ ਝੂਠ ਬੋਲਦੇ ਹੋਣਗੇ। ਅਤੇ ਹੋਰ ਵੀ ਕਾਫੀ ਸਾਰੇ ਜਿਹੜੇ ਸਵਾਲ ਨੇ ਉਹਨਾਂ ਦੇ ਜਿਹੜੇ ਕੁਸ਼ਚਨ ਆ ਤੁਹਾਨੂੰ ਯੂਟਿਊਬ 'ਤੇ ਦਿੱਤੇ ਜਾਣਗੇ। ਕਾਫੀ ਸਾਰੇ ਮੇਰੇ ਭਰਾ ਦੇਖ ਰਹੇ ਨੇ, ਅਤੇ ਮੈਂ ਥੈਂਕਸ ਕਰਨਾ ਚਾਹੂੰਗਾ ਸਾਰਿਆਂ ਨੂੰ। ਅਤੇ ਨਾਲ ਦੀ ਨਾਲ ਇਹ ਵੀ ਮੈਂ ਆਸ ਕਰਦਾ ਕਿ ਤੁਸੀਂ ਸਾਰੇ ਜਾਣੇ ਸਾਡਾ ਯੂਟਿਊਬ ਚੈਨਲ ਜਿਹੜਾ ਸਬਸਕ੍ਰਾਈਬ ਜ਼ਰੂਰ ਕਰੋਗੇ। ਕਿਸੇ ਵੀ ਤਰੀਕੇ ਦੀ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ, ਜੇ ਤੁਹਾਡੇ ਹੇਅਰ ਦੇ ਵਾਲ ਦੇ ਵਿੱਚ ਕਿਸੇ ਦੇ ਵਾਲ ਝੜਦੇ ਨੇ, ਜਾਂ ਕਿਸੇ ਦੇ ਸਕਿਨ ਦੇ ਵਿੱਚ ਓਪਨ ਪੋਰਸ ਨੇ, ਜਾਂ ਤੁਹਾਡੇ ਕਰ ਸਕਦੇ ਹੋ ਉਹਦਾ ਹੱਲ, ਕਿਉਂਕਿ ਮੈਂ ਸਕਿਨ ਟ੍ਰੀਟਮੈਂਟ ਕਰ ਦਿੰਦੀ ਹਾਂ, ਅਤੇ ਉਹ ਅਗਰ ਤੁਸੀਂ ਪੁੱਛੋਗੇ ਤਾਂ ਦੈਨ ਤਾਂ ਹੀ ਰਿਪਲਾਈ ਕਰ ਸਕਦੀ ਹਾਂ, ਔਰ ਮੈਂ ਸਕਿਨ ਦੇ ਅਕੋਰਡਿੰਗ ਦੇਖ ਕੇ ਹੀ ਤੁਹਾਡੇ ਆਨਸਰ ਦੇ ਸਕਦੀ ਹਾਂ। ਅਤੇ ਇੱਕ ਆਫਰ ਆ ਕਿ ਸਲੂਨ ਦੇ ਵਿੱਚ ਜੇ ਤੁਸੀਂ ਵਿਜ਼ਿਟ ਕਰੋਗੇ ਤਾਂ ਤੁਹਾਡੀ ਜਿਹੜੀ ਸਕਿਨ ਟੈਸਟਿੰਗ ਆ ਉਹ ਫ੍ਰੀ ਕੀਤੀ ਜਾਊਗੀ। ਜੇ ਕਿਸੇ ਨੂੰ ਵੀ ਕੋਈ ਪ੍ਰੋਬਲਮ ਸਕਿਨ ਦੀ ਆ ਰਹੀ ਆ ਤਾਂ ਉਹ ਸਾਨੂੰ ਦਿਖਾ ਸਕਦਾ, ਉਹਦੀ ਟੈਸਟਿੰਗ ਫ੍ਰੀ ਕੀਤੀ ਜਾਊਗੀ, ਲੇਕਿਨ ਅਕੋਰਡਿੰਗ ਟੂ ਕਰੋਨਾ ਗਾਈਡਲਾਈਨਸ ਉਸ ਤਰੀਕੇ ਨਾਲ ਹੀ ਆਓ। ਬਿਫੋਰ ਯੂ ਕਮ ਪਲੀਜ਼ ਕਾਲ ਮੀ। ਇਸੇ ਕਰਕੇ ਜਿਹੜਾ ਮੇਨ ਮੋਟਿਵ ਸਾਡਾ ਯੂਟਿਊਬ ਚੈਨਲ ਬਣਾਉਣ ਦਾ ਸਾਡੇ ਸਟੂਡੈਂਟਸ ਵਾਸਤੇ, ਸਾਡੇ ਫੋਲੋਅਰਸ ਵਾਸਤੇ ਆ ਵੀ ਤੁਸੀਂ ਜਿਹੜਾ ਸਾਨੂੰ ਕਰ ਰਹੇ ਹੋ ਅਤੇ ਉਹ ਸਾਨੂੰ ਦੋਨੇ ਪਾਸੇ ਦੇਖ ਸਕੋ। ਅਤੇ ਜੇ ਹੋਰ ਤੁਹਾਡੇ 'ਚ ਇਸ ਟਾਈਮ ਕੋਈ ਕਿਸੇ ਕੋਲ ਕੁਸ਼ਚਨ ਹੈਗਾ ਵਾ ਜਿਹੜਾ ਤੁਸੀਂ ਸਾਨੂੰ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਪੁੱਛ ਸਕਦੇ ਹੋ, ਕੋਈ ਇਸ਼ੂ ਨਹੀਂ ਹੈਗਾ। ਅਤੇ ਇੱਕ ਹੋਰ ਸਭ ਤੋਂ ਵੱਡੀ ਜਿਹੜੀ ਮੈਂ ਗੱਲ ਕਹਿਣੀ ਚਾਹੂੰਗਾ, ਕਈ ਲੋਕ ਸਾਨੂੰ ਇੱਦਾਂ ਕੁਸ਼ਚਨ ਕਰਦੇ ਆ ਵੀ ਜਿਵੇਂ ਕਿ ਇਹ ਕੋਈ ਕਿਸੇ ਕੁੜੀ ਦੀ ਆਈਡੀ ਆ ਅਤੇ ਉਹ 'ਚ ਇੱਦਾਂ ਦੇ ਇਹਦੇ ਮਤਲਬ ਪੁੱਠੀਆਂ ਸਿੱਧੀਆਂ ਗੱਲਾਂ ਲਿਖਦੇ ਉਹ। ਸੋ ਮੈਂ ਉਹਨਾਂ ਨੂੰ ਕਹਿਣਾ ਚਾਹੂੰਗਾ, ਬ੍ਰਦਰ ਜਿਹੜਾ ਵੀ ਆ
कोई देख रहा नहीं देख रहा जां बाद दे विच देखूगा। यह एक फर्म की आईडी आ, यह कोई सिंगल परसन नहीं चलाउंदा, ते ना ही इत्थे कोई इदां दा कुड़ियां दा कोई सीन आ वी तुसीं उहनां नाल गल्लां मारन वास्ते सोच रहे हो। असी मच्योर परसन हाँ, सो प्लीज़ जे कोई थोनों काम की गल आ उहदा मैसेज करो। कई बार जिहड़े अननसैसरी मैसेज आउंदे इहनां विच कई बार साडे कोई काम दे जिहड़े कोई प्रॉब्लम हुंदी आ उहनां दा वी मतलब साडे कोल रिप्लाई नहीं हुंदा, इदां दे कुछ ना करो। ते रीतू जी ने सानू सवाल पुछया कि स्मूथनी के बाद मेरे हेयरफॉल बहुत होने लगा। ओके मैडम, पहला तो कुछ प्रॉब्लम्स थोड़े च भी होणगियां जां जिन्हां ने तुहानूं नहीं दस्सिया उन्हां च होणगियां। किन्ना टाइम हो गया तुहाडी स्मूथनिंग कीते नूं, तुसीं इनबॉक्स दे विच आ के मैनूं पुछ सकदे हो। मेरा मोबाइल नंबर 9872250043 ते वैसे जिहड़ा डिस्क्रिप्शन है इहदे विच भी मैं आपदा मोबाइल नंबर लिख दिंदा हाँ, ते तुसीं सानूं क्वेश्चन वट्सअप कर सकदे हो, तुसीं उहदे ते पुछ सकदे हो। इह साडे सलून दा नंबर आ। कई कारण करके थोड़े हेयर फॉल्स होने शुरू हो जाते हैं। एक सब तो वड्डी गल जो तुसी स्मूथनिंग कराने तुसी 2 महीने तक ऑयलिंग नहीं कर सकते, तो कई लोग ऑयलिंग कर लग जा, ऑयलिंग करने के नाल भी थोड़े हेयर फॉल शुरू हो जाता वा। तो होर भी कई सारिया प्रॉब्लम्स आदि ने जड़िया जड़े साड़ी लाइन वाले बंदे, क्यों कई बार बिना पढ़ लिख के असी ये काम करते हैं। ओके 1.5 साल हो गया, 1.5 साल हो गया, फिर जिहड़े तुसी जिहड़े थोड़े बालों के रफनैस होगी ड्राई हो गए होने थोड़े बाल थोड़े जे, इस करके थोड़े जे बाल टुटन लग गए ने। तो कहड़ा शैंपू यूज करते, कोशिश करो एक दो स्पा लो, वैसे स्पा लेंदे रहना चाहिए वा थोड़ी बॉडी वास्ते हेयर वास्ते सारे वास्ते वधिया हुंदा। कोई भी स्मूथनिंग वाला जो स्मूथनैस वास्ते बालों हो वाला जो शैंपू आ वह तुम यूज करो, कोशिश करो जो मतलब ऑरगैनिक हो यूज कर लो ਜਾਂ ਤੁਹਾਡੇ ਨੇੜੇ ਕੋਈ ਵਧੀਆ ਸਲੂਨ। ਜਿਹੜੇ ਲੋਕ ਇੱਕ ਤਾਂ ਸਿੱਖ ਕੇ ਆਏ ਹੁੰਦੇ ਨਾ, ਮਤਲਬ ਇੱਕ ਥੋੜ੍ਹਾ ਜਿਹਾ ਨਾਲ ਸਟੱਡੀ ਕਰਦੇ ਆ, ਪੜ੍ਹਦੇ ਰਹਿੰਦੇ ਆ ਵੀ ਬਾਲਾਂ ਨੂੰ ਕਿਵੇਂ, ਉਹ ਜਿਹੜੇ ਕੁਛ ਇੱਦਾਂ ਦੇ ਬੰਦੇ ਹੁੰਦੇ ਜਿਹੜੇ ਹਰ ਚੀਜ਼ ਨੂੰ ਡੀਪਲੀ ਜਾ ਕੇ ਸਮਝਦੇ ਆ, ਕੋਸ਼ਿਸ਼ ਕਰੋ ਉਹੋ ਜਿਹੇ ਬੰਦੇ ਨਾਲ ਡੀਲ ਕਰਨ ਦੀ ਕੋਸ਼ਿਸ਼ ਕਰੋ। ਨਹੀਂ ਤੁਸੀਂ ਸਾਡੇ ਕੋਲ ਵਿਜ਼ਿਟ ਕਰ ਸਕਦੇ ਹੋ, ਅਸੀਂ ਤੁਹਾਨੂੰ ਦੱਸ ਸਕਦੇ ਹਾਂ ਜੇ ਤੁਸੀਂ ਸਾਡੇ ਤੋਂ ਬਹੁਤ ਦੂਰ ਹੋ ਤੁਸੀਂ ਵਟਸਐਪ ਦੇ ਉੱਤੇ ਜਾਂ ਸਾਡੇ ਪੇਜ ਦੇ ਇਨਬੋਕਸ ਦੇ ਵਿੱਚ ਸਾਨੂੰ ਮੈਸੇਜ ਕਰ ਸਕਦੇ ਹੋ, ਅਸੀਂ ਤੁਹਾਨੂੰ ਉਹਦੇ ਵਿੱਚ ਤੁਹਾਡੇ ਜਿਹੜੀ ਪ੍ਰੋਬਲਮਸ ਆ ਉਹਦਾ ਹੱਲ ਦੱਸ ਸਕਦੇ ਹਾਂ। ਅਤੇ ਹੋਰ ਵੀ ਇੱਦਾਂ ਜਿਵੇਂ ਤੁਸੀਂ ਸਵਾਲ ਪੁੱਛਿਆ ਕੋਈ ਹੋਰ ਪੁੱਛਣਾ ਚਾਹੁੰਦਾ ਹੋਵੇ ਤਾਂ ਅਸੀਂ ਦੱਸ ਸਕਦੇ ਹਾਂ ਕੀ ਕਰਨਾ ਚਾਹੁੰਦਾ, ਤੁਸੀਂ ਕਿੱਦਾਂ ਦਾ ਫੇਸ ਵਾਸ਼ ਯੂਜ਼ ਕਰਨਾ, ਕੀ ਕਿਵੇਂ ਤੁਹਾਡੀ ਸਕਿੰਨ ਆ, ਸਕਿੰਨ ਦੇ ਰਿਲੇਟਡ ਤੁਸੀਂ ਕੀ ਕਰ ਸਕਦੇ ਹੋ, ਸਾਰਾ ਕੁਛ ਇੱਦਾਂ ਹੀ ਮਤਲਬ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਮਿਲਦੇ ਰਹਿਣਗੇ। ਬਹੁਤ ਬਹੁਤ ਤੁਹਾਡਾ ਇਤਬਾਰ ਤੋਂ ਧੰਨਵਾਦ। ਚੈਨਲ ਸਬਸਕ੍ਰਾਈਬ ਕਰੋ, ਜਿਹੜੀ ਡਿਸਕ੍ਰਿਪਸ਼ਨ ਆ ਉਹਦੇ ਵਿੱਚ ਮੈਂ ਬਲੂ ਕਲਰ ਦਾ ਇੱਕ ਲਿੰਕ ਪਾਇਆ, ਉਹ ਸਾਡਾ ਯੂਟਿਊਬ ਦਾ ਲਿੰਕ ਆ, ਕਲਿੱਕ ਕਰੋ, ਵੀਡੀਓ ਦੇਖੋ, ਉਹਨੂੰ ਕਮੈਂਟ ਕਰੋ, ਸਾਨੂੰ ਦੱਸੋ ਇਹ 'ਚ ਕੀ ਚੰਗਾ ਲੱਗਿਆ ਕੀ ਮਾੜਾ ਲੱਗਿਆ, ਜਾਂ ਅੱਗੇ ਤੁਸੀਂ ਕਿਹੜੀ ਵੀਡੀਓ ਦੇਖਣੀ ਚਾਹੁੰਦੇ ਹੋ, ਉਸ ਤਰੀਕੇ ਦੇ ਨਾਲ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ। ਥੈਂਕ ਯੂ ਰੀਤੂ ਜੀ ਅਤੇ ਗੁਰਪ੍ਰੀਤ ਸਾਡੇ ਮੈਮ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਅਤੇ ਇਹਨਾਂ ਦੇ ਆਸ਼ੀਰਵਾਦ ਨਾਲ ਸਾਡਾ ਕਾਫੀ ਵਧੀਆ ਕੰਮ ਹੁੰਦਾ ਜੀ। ਥੈਂਕ ਯੂ, ਥੈਂਕ ਯੂ ਸੋ ਮੱਚ, ਸੋ ਮੱਚ ਫੋਰ ਐਵਰੀਵਨ।